दादे नूं पुछिया, दादे ने, दादा कहिंदा कहिंदा मैं ना मैनूं बच्चे बड़े चंगे लगदे सीगे जी, ते साढ़े 8 बच्चे होए। ठीक है जी। कहिंदा असीं फिर एक दूजे नाल इह एग्रीमेंट कीता सी वी जिहड़ा छड के जाएगा ना सारे बच्चों नूं पालण दी जिम्मेवारी उहदी होएगी। ठीक है। कहिंदा मैं कहिंदा 8 बच्चे ना इकली इह पाल सकदी सी ना इकला मैं पाल सकदा सी, इह कारण सी कि साढ़े विच झगड़ा हुंदा वी रहा परंतु असी कदी वी उस झगड़े दे विच उत्थों तक ना गए कि असी एक दूजे नाल तोड़ विछोड़ा कर लईए। सो दूजे दियां जिहड़े प्यार करन दियां जां मुढ़ले दिनां दियां, मैं तां कईआं नूं कहिंदा हुंदा जदों वी तुसीं तुहाडा आपस विच झगड़ा होवे ना विआह वाली एल्बम देई उहनूं अपने हसबैंड नूं, विआह वाली एल्बम देई कि तूं कोठे ते चढ़ के आया सी मैनूं लैण आया सी ते हुण तूं मेरे नाल लड़दा। वाह जी। इक क्लास दे विच इक लड़की ने वेख्या पैंट थोड़ी जिही गिल्ली होई हुई सी। ठीक है जी। छोटा सी बच्चा पेशाब निकल गया, उस लड़की ने उन्हें पता लग गया। ठीक है। उसके को पानी की बोतल सी। अच्छा जी। वो को आई तो उसने जान के वो बोतल जी सी ना वो थोड़ा जा पानी वो डोल दिता। ठीक है। वो पानी डोल दिता जो कमीज भी गिली हो गई वगैरह वगैरह, मतलब कि वह जरा उसनू शर्म महसूस हो रही सी दूर कर दी। दूर कर दी। ਉਹ ਕੁੜੀ ਜਿਹੜੀ ਸੀਗੀ ਉਹ ਉਸ ਵਾਸਤੇ ਇੱਕ ਉਦਾਹਰਣ ਬਣ ਗਈ ਕੁਰਬਾਨੀ ਦੀ। ਬਿਲਕੁਲ। ਬਈ ਇਸ ਨੇ ਮੌਕੇ 'ਤੇ ਮੇਰੀ ਸਮੱਸਿਆ ਜਿਹੜੀ ਹੈ ਉਹ ਹੱਲ ਕੀਤੀ ਹੈ। ਉਹ ਬਾਅਦ ਵਿੱਚ ਜਿਹੜਾ ਸੀ ਨਾ ਉਹ ਜਦੋਂ ਵੀ ਉਹਨੂੰ ਕਿਤੇ ਵਿਆਹ ਹੋਇਆ ਉਹਨਾਂ ਦਾ ਬੱਚੇ ਹੋਏ ਉਸਨੂੰ ਜਦੋਂ ਵੀ ਕਦੀ ਗੁੱਸਾ ਆਉਂਦਾ ਸੀ ਨਾ ਉਹ ਉਸ ਘਟਨਾ ਨੂੰ ਯਾਦ ਕਰਦਾ ਸੀ ਕਿ ਇਸ ਨੇ ਮੇਰੀ ਉਸ ਵੇਲੇ ਮਦਦ ਕੀਤੀ ਸੀਗੀ। ਬਿਲਕੁਲ। ਸੋ ਕਹਿਣ ਤੋਂ ਭਾਵ ਹੈ ਜੇ ਤੁਸੀਂ ਕਿਸੇ ਦੀਆਂ ਮਿਹਰਬਾਨੀਆਂ ਨੂੰ ਯਾਦ ਰੱਖੋ ਜਿਨ੍ਹਾਂ ਨੇ ਕਿਸੇ ਨੂੰ ਪਿਆਰ ਨਹੀਂ ਕੀਤਾ ਹੁੰਦਾ ਉਹਨਾਂ ਦੇ ਵਿੱਚ ਬੜਾ ਕੜਵਾਪਣ ਹੁੰਦਾ ਹੈਗਾ ਜੀ, ਕੌੜੇ ਹੁੰਦੇ ਹੈਗੇ ਆ। ਸੋ ਉਹਨਾਂ ਦਾ ਵਿਹਾਰ ਜਿਹੜਾ ਨਾ ਉਹ ਥਾਣੇਦਾਰੀ ਵਾਲਾ ਹੁੰਦਾ ਹੈਗਾ, ਦੂਜੇ ਨੂੰ ਨੀਵਾਂ ਦਿਖਾਉਣ ਵਾਲਾ ਹੁੰਦਾ, ਦੂਜੇ ਨੂੰ ਛੋਟਾ ਸਾਬਤ ਕਰਨ ਵਾਲਾ ਹੁੰਦਾ, ਪਰੰਤੂ ਉਹਦੇ ਨਾਲ ਆਪ ਵੱਡੇ ਸਾਬਤ ਨਹੀਂ ਹੁੰਦੇ। ਇਸ ਦੇ ਨਾਲ ਉਹਦਾ ਸਕੂਟਰ ਕਿਸਰ ਗਿਆ। ਠੀਕ ਹੈ ਜੀ। ਅਤੇ ਉਸ ਬੰਦੇ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਸਕੂਟਰ, ਕਹਿੰਦਾ ਹੁਣੇ ਮੈਨੂੰ ਜੁਰਮਾਨਾ ਲਾਓ ਮੈਂ ਦੇਣ ਨੂੰ ਤਿਆਰ ਹਾਂ। ਉਹਨੇ ਕਿਹਾ ਰਹਿਣ ਦਿਓ। ਉਹ 7 ਬੱਚਿਆਂ ਨਾਲ ਹੀ ਕੰਮ ਚਲਾਈ ਜਾਂਦਾ ਸੀ ਆਪਣਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਮਤਲਬ ਉਹਨਾਂ ਨੂੰ ਵਿਸ਼ ਕਰਨ ਦੀ ਆਦਤ ਹੀ ਨਹੀਂ ਹੈ। ਠੀਕ ਹੈ ਜੀ। ਹੁਣ ਇਹੋ ਜਿਹੇ ਸਟੂਡੈਂਟਸ ਆ ਗਏ ਹਨ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੇ ਮੂੰਹ ਸਿੱਧਾ ਕਰਕੇ ਨਿਕਲ ਜਾਣਗੇ, ਟੀਚਰ ਨੂੰ ਨਹੀਂ ਬੁਲਾਉਣਗੇ। ਇੱਕ ਵਿਦਿਆਰਥੀ ਸੀ ਉਸਦਾ ਝਗੜਾ ਹੋ ਗਿਆ, ਮੈਂ ਸੰਗਰੂਰ ਸੀ, ਉਹ ਮੈਂ ਉਸਨੂੰ ਬੜਾ ਸਮਝਾਇਆ, ਮੈਂ ਕਿਹਾ ਇਹੋ ਜਿਹੇ ਝਗੜੇ ਨਹੀਂ ਕਰੀਦਾ ਹੁੰਦਾ, ਅਤੇ ਉਹ ਨਹੀਂ ਮੰਨਿਆ ਮੇਰੀ ਗੱਲ ਜੀ। ਫਿਰ ਇੱਕ ਜਗ੍ਹਾ 'ਤੇ ਉਹ ਇੰਟਰਵਿਊ ਵਾਸਤੇ ਪੇਸ਼ ਹੋਇਆ, ਨੌਕਰੀ ਵਾਸਤੇ, ਅਤੇ ਮੈਂ ਉਸ ਬੋਰਡ ਦਾ ਮੈਂਬਰ ਸੀ ਜੀ, ਮੈਂ ਇੰਟਰਵਿਊ ਲੈਣ ਵਾਲਿਆਂ ਵਿੱਚ ਬੈਠਾ ਸੀ। ਉਹਨੂੰ ਕਿਤੇ ਪਤਾ ਲੱਗ ਗਿਆ, ਮੈਨੂੰ ਉਹ ਇੱਕ ਦਿਨ ਪਹਿਲਾਂ ਮਿਲਣ ਆਇਆ। ਠੀਕ ਹੈ ਜੀ। ਮਿਲਣ ਆਇਆ ਅਤੇ ਮੈਨੂੰ ਕਹਿੰਦਾ ਤੁਸੀਂ ਮੈਨੂੰ ਪਛਾਣਿਆ, ਮੈਂ ਕਿਹਾ ਨਹੀਂ। ਮਤਲਬ ਜਿਹੜਾ ਉਸ ਵੇਲੇ ਉਹਨੇ ਮੇਰੀ ਗੱਲ ਨਹੀਂ ਸੀ, ਉਹਨੇ ਮੈਂ ਕਿਹਾ ਤੂੰ ਉਹੀ ਹੈ ਨਾ, ਮੈਂ ਤੈਨੂੰ ਉਸ ਵੇਲੇ ਕਿਹਾ ਸੀ ਕਿ ਇਹੋ ਜਿਹੇ ਝਗੜੇ ਨਹੀਂ ਕਰਦਾ, ਹੁਣ ਤੂੰ ਮੇਰੇ ਕੋਲ ਆਇਆ ਹੈਗਾ ਇਹ ਦੱਸਣ ਵਾਸਤੇ ਕਿ ਮੈਂ ਤੈਨੂੰ ਪਛਾਣ ਲਵਾਂ। ਸੋ ਵੱਧ ਤੋਂ ਵੱਧ ਲੋਕਾਂ ਨਾਲ ਬਣਾ ਕੇ ਰੱਖੋ, ਤੁਹਾਨੂੰ ਕੋਈ ਪਤਾ ਨਹੀਂ ਹੈ ਕਿ ਕਿਸ ਨਾਲ ਕਿਸ ਵੇਲੇ ਤੁਹਾਨੂੰ ਕੰਮ ਪੈ ਜਾਵੇ, ਕਿਸ ਨਾਲ ਕਿਸ ਵੇਲੇ ਤੁਹਾਡਾ ਜਿਹੜਾ ਹੈ ਕੋਈ ਹਿੱਤ ਭਿੜ ਜਾਵੇ, ਕਿਸ ਨਾਲ ਕਿਸ ਵੇਲੇ ਤੁਹਾਨੂੰ ਉਸਦੀ ਲੋੜ ਪੈ ਜਾਵੇ। ਸੋ ਇਸ ਤਰ੍ਹਾਂ ਬੜਾ ਫਰਕ ਪੈਂਦਾ ਹੈਗਾ। ਇੱਕ ਗੱਡੀ ਦੇ ਵਿੱਚ ਕੀ ਹੋਇਆ ਕਿ 4 ਸੀਟਾਂ ਇੱਕ ਪਰਿਵਾਰ ਦੀਆਂ ਰਿਜ਼ਰਵਡ ਸੀ, 4 ਸੀਟਾਂ ਇੱਕ ਹੋਰ ਪਰਿਵਾਰ ਦੀਆਂ ਰਿਜ਼ਰਵਡ ਸੀ। ਇੱਕ ਪਰਿਵਾਰ ਦੇ ਬੰਦੇ ਪਹਿਲਾਂ ਆ ਗਏ ਜੀ, ਪਹਿਲਾਂ ਆ ਗਏ ਅਤੇ ਉਹਨਾਂ ਨੇ ਆਪਣਾ ਸਮਾਨ ਆਪਣੇ ਤੋਂ ਉੱਪਰ ਜਿਹੜੀ ਥਾਂ ਸੀ ਉੱਥੇ ਟਿਕਾ ਦਿੱਤਾ। ਸਮਾਨ ਉਹਨਾਂ ਕੋਲ ਜ਼ਿਆਦਾ ਸੀ, ਉਹਨਾਂ ਨੇ ਸਾਹਮਣੇ ਵਾਲੀ ਜਗ੍ਹਾ 'ਤੇ ਵੀ ਟਿਕਾ ਦਿੱਤਾ ਜਿਹੜੀ ਕਿ ਦੂਜੇ ਪਰਿਵਾਰ ਦੀ ਰਿਜ਼ਰਵ ਹੋਈ ਹੋਈ ਸੀ। ਜਦੋਂ ਦੂਜੇ ਵਾਲੇ ਆਏ ਤਾਂ ਉਹਨਾਂ ਨੇ ਖੜ ਕੇ ਪੁੱਛਿਆ ਵੀ ਇਹ ਸਮਾਨ ਕਿਹਨਾਂ ਦਾ, ਪਹਿਲਾਂ ਤਾਂ ਉਹ ਬੋਲੇ ਹੀ ਨਹੀਂ। ਜਦੋਂ 2-3 ਵਾਰੀ ਉਹਨਾਂ ਨੇ ਪੁੱਛਿਆ
ਤੇ ਕਹਿੰਦੇ ਸਾਡਾ ਕਹਿੰਦੇ ਜੀ ਅਸੀਂ ਰੱਖਣਾ ਹੈਗਾ ਤੁਸੀਂ ਆਪਣਾ ਸਮਾਨ ਜਿਹੜਾ ਆਪਣੇ ਉੱਪਰ ਰੱਖੋ ਇਹ ਥਾਂ ਸਾਡੀ ਹੈ ਉਹ ਕਹਿੰਦੇ ਜੇ ਤੁਹਾਡੀ ਸੀ ਤਾਂ ਤੁਸੀਂ ਪਹਿਲਾਂ ਆਉਣਾ ਸੀ ਕਹਿੰਦਾ ਸਾਡੀਆਂ ਸੀਟਾਂ ਰਿਜ਼ਰਵ ਹੋਈਆਂ ਹੋਈਆਂ ਅਸੀਂ ਜਦੋਂ ਮਰਜ਼ੀ ਆਈਏ ਬਿਲਕੁਲ ਮਤਲਬ ਕਿ ਤੁਸੀਂ ਕੌਣ ਹੁੰਦੇ ਸਾਨੂੰ ਕਹਿਣ ਵਾਲੇ ਕਿ ਪਹਿਲਾਂ ਆਉਣਾ ਚਾਹੀਦਾ ਸੀ ਕਹਿੰਦਾ ਨਹੀਂ ਹੁਣ ਤਾਂ ਅਸੀਂ ਰੱਖ ਦਿੱਤਾ ਹੁਣ ਨਹੀਂ ਅਸੀਂ ਚੁੱਕਦੇ ਤੇ ਉਹਨਾਂ ਨੇ ਕਿਹਾ ਜੀ ਦੋ ਮਿੰਟ ਦੇ ਵਿੱਚ ਚੁੱਕ ਲਓ ਨਹੀਂ ਤਾਂ ਅਸੀਂ ਚੁੱਕ ਕੇ ਬਾਹਰ ਸੁੱਟ ਦਿਆਂਗੇ ਠੀਕ ਹੈ ਅੱਛਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਉਹ 12 ਘੰਟੇ ਦੀ ਜਰਨੀ ਸੀ ਗੱਡੀ ਦੇ ਵਿੱਚ ਉਹ ਕਿਵੇਂ ਗੁਜ਼ਰੀ ਹੋਣੀ ਹੈ ਉਹਨਾਂ ਦੀ ਮਤਲਬ ਕਿ ਆਮੇ ਸਾਹਮਣੇ ਬੈਠੇ ਨਾ ਮੂੰਹ ਸੁਝਾ ਕੇ ਬੈਠੇ ਹੋਏ ਸੀ ਇੱਕ ਹੋਰ ਥਾਂ ਸੀ ਉੱਥੇ ਵੀ ਇਵੇਂ ਹੀ ਹੋਇਆ ਮਿਸਾਲ ਦੇ ਤੌਰ ਤੇ ਠੀਕ ਹੈ ਜੀ ਤੇ ਉਹਨਾਂ ਨੇ ਜਦੋਂ ਦੇਖਿਆ ਉਹ ਕਹਿੰਦੇ ਲਿਆਓ ਤੁਹਾਡਾ ਸਮਾਨ ਅਸੀਂ ਰੱਖ ਦਿੰਦੇ ਹਾਂ ਮਤਲਬ ਉਹਨਾਂ ਨੇ ਆਪਣਾ ਸਮਾਨ ਚੁੱਕ ਲਿਆ ਉੱਥੇ ਵੀ ਰੱਖ ਦਿੱਤਾ ਕੁਝ ਦੇਰ ਬਾਅਦ ਉੱਥੇ ਉਹ ਖਾਣ ਪੀਣ ਦੀਆਂ ਚੀਜ਼ਾਂ ਖੁੱਲ੍ਹ ਗਈਆਂ ਇੱਧਰ ਦੇ ਪਰੌਂਠੇ ਉੱਧਰ ਜਾ ਰਹੇ ਸੀ ਉੱਧਰ ਦੇ ਪਰੌਂਠੇ ਇੱਧਰ ਆ ਰਹੇ ਸੀ ਸੋ ਉਹਨਾਂ ਨੇ ਗੱਲਬਾਤ ਕੀਤੀ ਕੁਝ ਚਿਰ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਫਲਾਣੇ ਸ਼ਰਮਾ ਜੀ ਜਿਹੜੇ ਸੀ ਨਾ ਉਹ ਇਹਨਾਂ ਦੇ ਵੀ ਵਾਕਫ ਹੈ ਅਤੇ ਸਾਡੇ ਵੀ ਵਾਕਫ ਸੀਗੇ ਸਾਡੇ ਤਾਂ ਗੁਆਂਢੀ ਸੀ ਸੋ ਜੇਕਰ ਤੁਸੀਂ ਘੰਟਾ ਕੁ ਕਿਸੇ ਨਾਲ ਗੱਲ ਕਰੋ ਨਾ ਕੋਈ ਕਾਮਨ ਬੰਦਾ ਨਿਕਲ ਆਏਗਾ ਬਿਲਕੁਲ ਜੇਕਰ 2-3 ਘੰਟੇ ਕਰੋ ਤਾਂ ਕੋਈ ਕਾਮਨ ਰਿਸ਼ਤੇਦਾਰ ਵੀ ਨਿਕਲ ਆਏਗਾ ਜੇਕਰ 4-5 ਘੰਟੇ ਕਰ ਲਓ ਤਾਂ ਤੁਸੀਂ ਰਿਸ਼ਤੇਦਾਰ ਬਣ ਹੀ ਜਾਓ ਰਿਸ਼ਤਾ ਹੀ ਹੋ ਜਾਂਦਾ ਕਈ ਵਾਰੀ ਗੱਡੀ ਦੇ ਵਿੱਚ ਗੱਲਬਾਤ ਦੇ ਨਾਲ ਸੋ ਜੇਕਰ ਤੁਸੀਂ ਚੰਗੇ ਢੰਗ ਦੇ ਨਾਲ ਲੋਕਾਂ ਨਾਲ ਪੇਸ਼ ਆਓਗੇ ਤੁਹਾਡੀਆਂ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਜੇਕਰ ਤੁਸੀਂ ਭੈੜੇ ਢੰਗ ਨਾਲ ਪੇਸ਼ ਆਓਗੇ ਤਾਂ ਹਰ ਜਗ੍ਹਾ 'ਤੇ ਰੁਕਾਵਟ ਆਏਗੀ ਹਰ ਜਗ੍ਹਾ 'ਤੇ ਠੁੱਡੇ ਪੈਣਗੇ ਹਰ ਤੁਸੀਂ ਫੁੱਟਬਾਲ ਬਣੇ ਰਹੋਗੇ ਸਾਰੀ ਜ਼ਿੰਦਗੀ ਵਿੱਚ ਤੁਹਾਨੂੰ ਠੁੱਡੇ ਹੀ ਪੈਂਦੇ ਰਹਿਣਗੇ ਤੁਹਾਨੂੰ ਠੋਕਰਾਂ ਹੀ ਲੱਗਦੀਆਂ ਰਹਿਣਗੀਆਂ ਬੰਦੇ ਨੂੰ ਅੱਗੇ ਜਾਣਾ ਆਉਣਾ ਚਾਹੀਦਾ ਹੈਗਾ ਧੱਕੇ ਖਾਣੇ ਆਉਣੇ ਚਾਹੀਦੇ ਆ ਹਰ ਧੱਕੇ ਨਾਲ ਬੰਦਾ ਜਾਂਦਾ ਅੱਗੇ ਹੈ ਜੇ ਉਹਨੂੰ ਧੱਕਾ ਖਾਣਾ ਆਉਂਦਾ ਉਹ ਇਦਮ ਸੋ ਕੋਈ ਪਤਾ ਨਹੀਂ ਹੈ ਕੌਣ ਕਿਸ ਵੇਲੇ ਤੁਹਾਡੇ ਕੰਮ ਆਵੇ ਕੌਣ ਕਿਸ ਵੇਲੇ ਤੁਹਾਡਾ ਸਹਿਯੋਗੀ ਬਣੇ ਸੋ ਬੰਦਿਆਂ ਨਾਲ ਵੱਧ ਤੋਂ ਵੱਧ ਨਾਲ ਚੰਗਾ ਵਿਹਾਰ ਕਰੋ ਉਹਨਾਂ ਨਾਲ ਬੋਲ ਬੁਲਾਰਾ ਜਿਹੜਾ ਹੈ ਚੰਗਾ ਰੱਖੋ ਸਭ ਤੋਂ ਪਹਿਲਾਂ ਤਾਂ ਲੋੜ ਹੈ ਆਪਣੇ ਮਾਤਾ ਪਿਤਾ ਨਾਲ ਚੰਗਾ ਵਿਹਾਰ ਕਰੋ ਆਪਣੇ ਭੈਣ ਭਰਾਵਾਂ ਨਾਲ ਚੰਗਾ ਵਿਹਾਰ ਕਰੋ ਆਪਣੇ ਗੁਆਂਢੀਆਂ ਦੇ ਨਾਲ ਚੰਗਾ ਵਿਹਾਰ ਚਾਰ ਕਿਸਮ ਦੀਆਂ ਭੈੜੀਆਂ ਲੜਾਈਆਂ ਮੰਨੀਆਂ ਗਈਆਂ ਸਭ ਤੋਂ ਭੈੜੀ ਲੜਾਈ ਜਿਹੜੀ ਹੈ ਪਤੀ ਪਤਨੀ ਦੀ ਹੁੰਦੀ ਹੈ ਦੂਜੀ ਭੈੜੀ ਲੜਾਈ ਜਿਹੜੀ ਹੈ ਗੁਆਂਢੀ ਦੇ ਨਾਲ ਹੁੰਦੀ ਹੈ ਤੀਜੀ ਭੈੜੀ ਲੜਾਈ ਜਿਹੜੀ ਹੈ ਦਫ਼ਤਰ ਦੇ ਵਿੱਚ ਜਿੱਥੇ ਤੁਹਾਡਾ ਰੁਜ਼ਗਾਰ ਹੈ ਉਸ ਦੇ ਬੌਸ ਨਾਲ ਹੁੰਦੀ ਹੈਗੀ ਹੈ ਚੌਥੀ ਭੈੜੀ ਲੜਾਈ ਭਰਾ ਦੇ ਨਾਲ ਦੋਸਤ ਦੇ ਨਾਲ ਹੁੰਦੀ ਹੈ ਇਹਨਾਂ ਲੜਾਈਆਂ ਦੇ ਵਿੱਚ ਸ਼ਾਂਤੀ ਨਹੀਂ ਮਿਲਦੀ ਹੈ ਬਿਲਕੁਲ ਸੋ ਇਹ ਲੜਾਈਆਂ ਜਿਹੜੀਆਂ ਨਾ ਸਾਰੀ ਜ਼ਿੰਦਗੀ ਚੱਲਦੀਆਂ ਹੈਗੀਆਂ ਇਹ ਖਤਮ ਨਹੀਂ ਹੁੰਦੀਆਂ ਹੁੰਦੀਆਂ ਅਤੇ ਜ਼ਿੰਦਗੀ ਦੇ ਵਿੱਚ ਥੋੜ੍ਹੇ ਜਿਹਾ ਟਾਈਮ ਹੁੰਦਾ ਕੁਝ ਸਾਲ ਹੁੰਦੇ ਆ ਜਦੋਂ ਅਸੀਂ ਕੁਝ ਪ੍ਰਾਪਤ ਕਰਨਾ ਹੁੰਦਾ ਕੁਝ ਕਰਕੇ ਦਿਖਾਉਣਾ ਹੁੰਦਾ ਇਹ ਸਮਾਂ ਜਿਹੜਾ ਨਾ ਇਹੋ ਜਿਹੀਆਂ ਲੜਾਈਆਂ ਦੇ ਵਿੱਚ ਲੱਗ ਜਾਂਦਾ ਹੈਗਾ ਅਤੇ ਇਸ ਕਰਕੇ ਸਾਡਾ ਬਹੁਤ ਸਾਰਾ ਸਮਾਂ ਸਾਡੀ ਬਹੁਤ ਸਾਰੀ ਐਨਰਜੀ ਸਾਡਾ ਬਹੁਤ ਸਾਰਾ ਪੈਸਾ ਫਜ਼ੂਲ ਖਰਚ ਹੁੰਦਾ ਹੈਗਾ ਮੁਕੱਦਮੇਬਾਜ਼ੀ ਵਿੱਚ ਪੈ ਜਾਂਦੇ ਆ ਲੋਕ ਮੁਕੱਦਮੇਬਾਜ਼ੀ ਦੇ ਵਿੱਚ ਦੂਜੇ ਨੂੰ ਨੀਵਾਂ ਦਿਖਾਉਣ ਦਾ ਕਿਸੇ ਮੁਕੱਦਮੇ ਦਾ ਫੈਸਲਾ ਨਹੀਂ ਹੁੰਦਾ ਮੁਕੱਦਮੇ 20-20 ਸਾਲ ਚੱਲਦੇ ਰਹਿੰਦੇ ਹੈਗੇ ਅਤੇ ਨਤੀਜਾ ਕੋਈ ਨਹੀਂ ਨਿਕਲਦਾ ਹੈ ਪਰੰਤੂ 20 ਸਾਲ ਖਰਾਬ ਹੋ ਜਾਂਦੇ ਹੈਗੇ ਸੋ ਉਸ ਝਗੜੇ ਦੇ ਵਿੱਚ ਤਲਾਕ ਦੇ ਮੁਕੱਦਮੇ ਜਿਹੜੇ ਆ ਵਾਈਫ ਜਿਹੜੀ ਹੈ ਉਹ ਕਿਸੇ ਕੀਮਤ 'ਤੇ ਤਲਾਕ ਨਹੀਂ ਦੇਣਾ ਚਾਹੁੰਦੀ ਹੈਗੀ ਹੈ ਦੇਣ ਇੱਕ ਔਰਤ ਨੇ ਅਦਾਲਤ ਵਿੱਚ ਕਿਹਾ ਜੱਜ ਨੂੰ ਨਾ ਮੈਂ ਇਸ ਨਾਲ ਰਹਾਂਗੀ ਅਤੇ ਨਾ ਮੈਂ ਇਸ ਨੂੰ ਤਲਾਕ ਦੇਵਾਂਗੀ ਠੀਕ ਹੈ ਜੀ ਜੇ ਤਾਂ ਜਦੋਂ ਤੱਕ ਮੈਨੂੰ ਇਹ 50 ਲੱਖ ਰੁਪਇਆ ਨਹੀਂ ਦਿੰਦਾ ਮੈਂ ਇਸ ਨੂੰ ਕਦੇ ਮੁਆਫ ਨਹੀਂ ਕਰਾਂਗੀ ਅਤੇ ਜੱਜ ਨੇ ਉਸ ਨੂੰ ਕਿਹਾ ਨਾ ਤੂੰ ਇਸ ਨਾਲ ਰਹੇਂਗੀ ਨਾ ਤੂੰ ਇਸ ਨੂੰ ਤਲਾਕ ਦੇਵੇਂਗੀ ਮੈਂ ਤੈਨੂੰ ਜੇਲ੍ਹ ਭੇਜਾਂਗਾ ਠੀਕ ਹੈ ਜੀ ਹਾਂ ਸੋ ਕਹਿਣ ਤੋਂ ਪਾਵੇਗੇ ਹੁਣ ਜੇਕਰ ਤੁਸੀਂ ਸਮਝਦੇ ਹੋ ਨਾ ਕਿ ਤੁਸੀਂ ਉਹ ਆਕੜ ਸਕਦੇ ਹੋ ਬਿਲਕੁਲ ਉਹ ਜ਼ਮਾਨਾ ਲੰਘ ਗਿਆ ਉਹ ਲੰਘ ਗਿਆ ਦੂਜੇ ਵੀ ਆਕੜ ਸਕਦੇ ਹੋ ਬਿਲਕੁਲ ਬਿਲਕੁਲ ਦੂਜੇ ਵੀ ਆਕੜ ਸਕਦੇ ਹੋ ਸੋ ਜ਼ਿੰਦਗੀ ਦੇ ਵਿੱਚ ਜੇਕਰ ਤਾਂ ਠੀਕ ਢੰਗ ਨਾਲ ਜੀਵੋਗੇ ਤਾਂ ਚੰਗੇ ਢੰਗ ਨਾਲ ਲੰਘ ਜਾਵੇਗੀ ਨਹੀਂ ਤਾਂ ਬੜਾ ਭੈੜਾ ਵਿਹਾਰ ਹੋਏਗਾ ਲੋਕਾਂ ਦੇ ਨਾਲ ਅਤੇ ਹੁਣ ਜਿਹੜੀ ਆਪਾਂ ਰਿਸ਼ਤਿਆਂ ਦੀ ਗੱਲ ਕਰ ਰਹੇ ਸੀ ਜਿਹੜੀ ਉਹਦੇ ਵਿੱਚ ਨਿੱਘ ਖਤਮ ਆ ਉਹ ਨਿੱਘ ਵਾਪਸ ਕਿਵੇਂ ਲੈ ਕੇ ਆਈਏ ਆਪਾਂ ਬਸ ਲਾਸਟ ਸਵਾਲ ਆਈਏ ਵਾਪਸ ਲੈਣ ਦਾ ਸੌਰੀ ਸੌਰੀ ਕਹਿਣ ਦੇ ਨਾਲ ਠੀਕ ਹੈ ਜੀ ਸੌਰੀ ਕਹਿਣ ਦੇ ਨਾਲ ਇੱਕ ਪੁਲਿਸ ਫੌਜ ਦਾ ਅਫਸਰ ਰਿਟਾਇਰ ਹੋਇਆ ਚੰਡੀਗੜ੍ਹ ਜੀ ਉਹਨੂੰ ਸੌਰੀ ਕਹਿਣਾ ਆਉਂਦਾ ਸੀ ਉਹਨੇ ਕਾਰ ਖੜ੍ਹੀ ਕੀਤੀ ਅਤੇ ਨਾਲ ਦੀ ਗੁਆਂਢਣ ਨੇ ਕਿਹਾ ਬਈ ਇਹ ਕਾਰ ਜਿਹੜੀ ਹੈ ਨਾ ਥੋੜ੍ਹੀ ਜਿਹੀ ਅੱਗੇ ਕਰਕੇ ਖੜ੍ਹੀ ਕਰੋ ਇਹਦੇ ਸ਼ੀਸ਼ੇ ਦੀ ਲਿਸ਼ਕੌਰ ਪੈਂਦੀ ਹੈ ਮੇਰੇ 'ਤੇ ਜੀ ਕਹਿੰਦਾ ਜੀ ਹੁਣੇ ਲਓ ਸਤਿ ਵਚਨ
ਮਤਲਬ ਉਹ ਸੱਤ ਬੱਚਿਆਂ ਨੂੰ ਵੀ ਕਹਿੰਦਾ ਹੁੰਦਾ ਸੀਗਾ। ਉਸਨੇ ਥੋੜ੍ਹੀ ਦੇਰ ਬਾਅਦ ਉਹ ਕਾਰ ਜਿਹੜੀ ਸੀਗੀ ਅੱਗੇ ਕਰ ਦਿੱਤੀ। ਠੀਕ ਹੈ, ਮਤਲਬ ਕਿ ਨਹੀਂ ਤਾਂ ਉਹ ਬਹਿਸ ਵੀ ਕਰ ਸਕਦਾ ਸੀ। ਬਿਲਕੁਲ, ਇੱਕ ਵਾਰੀ ਉਹ ਜਾ ਰਿਹਾ ਸੀ ਅਤੇ ਕਿਸੇ ਦੇ ਨਾਲ ਉਹਦਾ ਸਕੂਟਰ ਕਿਸਰ ਗਿਆ। ਠੀਕ ਹੈ, ਅਤੇ ਉਸ ਬੰਦੇ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਸਕੂਟਰ, ਕਹਿੰਦਾ ਹੁਣੇ ਮੈਨੂੰ ਜੁਰਮਾਨਾ ਲਾਓ, ਮੈਂ ਦੇਣ ਨੂੰ ਤਿਆਰ ਹਾਂ। ਉਹਨੇ ਕਿਹਾ ਰਹਿਣ ਦਿਓ। ਉਹ ਸੱਤ ਬੱਚੇ ਨਾਲ ਹੀ ਕੰਮ ਚਲਾਈ ਜਾਂਦਾ ਸੀ ਆਪਣਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਸੋ ਜਿਹਨਾਂ ਨੂੰ ਜ਼ਿੰਦਗੀ ਵਿੱਚ ਪਿਆਰ ਹੋਇਆ ਹੁੰਦਾ ਨਾ, ਉਹਨਾਂ ਨੂੰ ਬਹੁਤ ਸਾਰੇ ਢੰਗ ਤਰੀਕੇ ਆਉਂਦੇ ਹੁੰਦੇ ਆ ਜੀ, ਵੀ ਕਿਵੇਂ ਬਣਾ ਕੇ ਰੱਖਣੀ ਹੈ, ਕਿਵੇਂ ਝਗੜਾ ਖਤਮ ਕਰਨਾ, ਕਿਵੇਂ ਰਿਲੇਸ਼ਨਸ਼ਿਪ ਨੂੰ ਚੱਲਦੇ ਰੱਖਣਾ, ਕਿਵੇਂ ਗੁਆਚੇ ਹੋਏ ਨਿੱਘ ਨੂੰ ਵਾਪਸ ਲਿਆਉਣਾ, ਉਹ ਵਾਪਸ ਲਿਆਉਂਦੇ ਆ, ਉਹ ਕਰ ਲੈਂਦੇ ਹੈਗੇ। ਤਾਂ ਜਿਹੜੇ ਜਿਹਨਾਂ ਨੇ ਨਹੀਂ ਕੀਤਾ ਹੁੰਦਾ, ਇਵੇਂ ਜਿਹਨਾਂ ਨੇ ਕਿਸੇ ਨੂੰ ਪਿਆਰ ਨਹੀਂ ਕੀਤਾ ਹੁੰਦਾ, ਉਹਨਾਂ ਦੇ ਵਿੱਚ ਬੜਾ ਕੜਵਾਪਣ ਹੁੰਦਾ ਹੈਗਾ ਜੀ, ਕੌੜੇ ਹੁੰਦੇ ਹੈਗੇ ਉਹ। ਸੋ ਉਹਨਾਂ ਦਾ ਵਿਹਾਰ ਜਿਹੜਾ ਨਾ, ਉਹ ਥਾਣੇਦਾਰੀ ਵਾਲਾ ਹੁੰਦਾ ਹੈਗਾ, ਦੂਜੇ ਨੂੰ ਨੀਵਾਂ ਦਿਖਾਉਣ ਵਾਲਾ ਹੁੰਦਾ, ਦੂਜੇ ਨੂੰ ਛੋਟਾ ਸਾਬਤ ਕਰਨ ਵਾਲਾ ਹੁੰਦਾ, ਪਰੰਤੂ ਉਹਦੇ ਨਾਲ ਆਪ ਵੱਡੇ ਸਾਬਤ ਨਹੀਂ ਹੁੰਦੇ, ਆਪ ਹੋਰ ਛੋਟੇ ਸਾਬਤ ਹੁੰਦੇ। ਕੋਈ ਪਿਆਰ ਦੀ ਉਦਾਹਰਨ ਦੇ ਸਕਦੇ ਹੋ? ਕਿਸ ਕਿਸਮ ਦੇ? ਵੀ ਆਪਾਂ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ, ਇੱਕ ਸਕਸੈਸ ਦਿਖਾ ਸਕੀਏ। ਇਉਂ ਸੀ, ਇੱਕ ਕਲਾਸ ਦੇ ਵਿੱਚ ਇੱਕ ਲੜਕੀ ਨੇ ਵੇਖਿਆ ਕਿ ਇੱਕ ਲੜਕੇ ਦੀ ਪੈਂਟ ਥੋੜ੍ਹੀ ਜਿਹੀ ਗਿੱਲੀ ਹੋਈ ਹੋਈ ਸੀ। ਠੀਕ ਹੈ ਜੀ। ਛੋਟਾ ਸੀ ਬੱਚਾ, ਅਤੇ ਉਹਦਾ ਪਿਸ਼ਾਬ ਨਿਕਲ ਗਿਆ। ਉਸ ਲੜਕੀ ਨੇ ਉਹਨੂੰ ਪਤਾ ਲੱਗ ਗਿਆ। ਠੀਕ ਹੈ ਜੀ। ਉਸਦੇ ਕੋਲ ਪਾਣੀ ਦੀ ਬੋਤਲ ਸੀ। ਅੱਛਾ ਜੀ। ਉਹ ਉਹਦੇ ਕੋਲ ਆਈ ਅਤੇ ਉਸਨੇ ਜਾਣ ਕੇ ਉਹ ਬੋਤਲ ਜਿਹੜੀ ਸੀ ਨਾ, ਉਹਦਾ ਥੋੜ੍ਹਾ ਜਿਹਾ ਪਾਣੀ ਉਹਦੇ ਡੋਲ ਦਿੱਤਾ। ਠੀਕ ਆ। ਉਹ ਪਾਣੀ ਡੋਲ ਦਿੱਤਾ, ਜਦੋਂ ਉਹਦੀ ਕਮੀਜ਼ ਵੀ ਗਿੱਲੀ ਹੋ ਗਈ ਵਗੈਰਾ ਵਗੈਰਾ, ਮਤਲਬ ਕਿ ਉਹ ਜਿਹੜਾ ਉਸਨੂੰ ਉਹ ਸ਼ਰਮ ਮਹਿਸੂਸ ਹੋ ਰਹੀ ਸੀ, ਉਹ ਹੋਵੇ ਉਹ ਦੂਰ ਕਰ ਦਿੱਤੀ, ਦੂਰ ਕਰ ਦਿੱਤੀ। ਉਹ ਕੁੜੀ ਜਿਹੜੀ ਸੀਗੀ, ਉਹ ਉਸ ਵਾਸਤੇ ਇੱਕ ਉਦਾਹਰਣ ਬਣ ਗਈ ਕੁਰਬਾਨੀ ਦੀ। ਬਿਲਕੁਲ, ਬਈ ਇਸਨੇ ਮੌਕੇ 'ਤੇ ਮੇਰੀ ਸਮੱਸਿਆ ਜਿਹੜੀ ਹੈ ਉਹ ਹੱਲ ਕੀਤੀ ਹੈ। ਉਹ ਬਾਅਦ ਵਿੱਚ ਜਿਹੜਾ ਸੀ ਨਾ, ਉਹ ਜਦੋਂ ਵੀ ਉਹਨੂੰ ਕਿਤੇ ਵਿਆਹ ਹੋਇਆ, ਉਹਨਾਂ ਦਾ ਬੱਚੇ ਹੋਏ, ਉਸਨੇ ਜਦੋਂ ਵੀ ਕਦੀ ਗੁੱਸਾ ਆਉਂਦਾ ਸੀ ਨਾ, ਉਹ ਉਸ ਘਟਨਾ ਨੂੰ ਯਾਦ ਕਰਦਾ ਸੀ ਕਿ ਇਸਨੇ ਮੇਰੀ ਉਸ ਵੇਲੇ ਮਦਦ ਕੀਤੀ ਸੀਗੀ। ਬਿਲਕੁਲ। ਸੋ ਕਹਿਣ ਤੋਂ ਭਾਵ ਹੈ, ਜੇ ਤੁਸੀਂ ਕਿਸੇ ਦੀਆਂ ਮਿਹਰਬਾਨੀਆਂ ਨੂੰ ਯਾਦ ਰੱਖੋ, ਤਾਂ ਇੱਕ ਪਰਿਵਾਰ ਸੀ, ਉਹਦੇ ਵਿੱਚ ਦਾਦੇ ਦਾਦੀ ਜਿਹੜੇ ਸੀ ਨਾ, ਆਪਣੇ ਵਿਆਹ ਦੀ 50ਵੀਂ ਵਰ੍ਹੇ ਗੰਢ ਮਨਾ ਰਹੇ ਸੀ ਜੀ। ਪੋਤੇ ਦੋਤੇ ਦੋਤੇ ਪੋਤੇ ਸਾਰੇ ਆਏ ਹੋਏ ਸੀਗੇ, ਅਤੇ ਇੱਕ ਨੇ ਪੁੱਛਿਆ ਦਾਦੀ ਨੂੰ ਵੀ ਦਾਦੀ ਤੁਹਾਡੀ 50 ਸਾਲ ਕਿਵੇਂ ਵਿਆਹ ਦੀ ਚੱਲ ਗਈ ਗੁਜ਼ਰੇ? ਉਹ ਕਹਿੰਦੀ, ਜਦੋਂ ਮੇਰਾ ਵਿਆਹ ਹੋਇਆ ਸੀ ਨਾ, ਉਸ ਵੇਲੇ ਮੈਂ ਫੈਸਲਾ ਕੀਤਾ ਸੀ ਕਿ ਮੈਂ ਆਪਣੇ ਪਤੀ ਦੇ 10 ਨੁਕਸ ਜਿਹੜੇ ਆ ਨਾ, ਉਹ ਬਰਦਾਸ਼ਤ ਕਰਾਂਗੇ, 11ਵੇਂ ਨੁਕਸ 'ਤੇ ਜਿਹੜਾ ਨਾ ਪੁਆਇੰਟ ਕਾਊਟ ਕਰਾਂਗੇ ਵੀ ਇਹ ਤੁਸੀਂ ਗਲਤੀ ਕੀਤੀ ਹੈ। ਬਿਲਕੁਲ। ਕਹਿੰਦੀ ਇਹਨੇ 10 ਗਲਤੀਆਂ ਕਦੀ ਕੀਤੀਆਂ ਹੀ ਨਹੀਂ, 11ਵੀਂ ਗਲਤੀ 'ਤੇ ਪਹੁੰਚਿਆ ਹੀ ਨਹੀਂ, ਅਤੇ ਮੈਨੂੰ ਕਦੀ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ। ਵਾਹ ਜੀ ਵਾਹ। ਇੱਕ ਦਾਦੇ ਨੂੰ ਪੁੱਛਿਆ, ਦਾਦਾ ਕਹਿੰਦਾ ਮੈਂ ਨਾ, ਮੈਨੂੰ ਬੱਚੇ ਬੜੇ ਚੰਗੇ ਲੱਗਦੇ ਸੀਗੇ ਜੀ, ਅਤੇ 8.5 ਬੱਚੇ ਹੋਏ। ਠੀਕ ਹੈ ਜੀ। ਕਹਿੰਦਾ ਅਸੀਂ ਫਿਰ ਇੱਕ ਦੂਜੇ ਨਾਲ ਇਹ ਐਗਰੀਮੈਂਟ ਕੀਤਾ ਸੀ ਵੀ ਜਿਹੜਾ ਛੱਡ ਕੇ ਜਾਏਗਾ ਨਾ, ਸਾਰੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਦੀ ਹੋਏਗੀ। ਠੀਕ ਹੈ। ਕਹਿੰਦਾ ਮੈਂ, ਕਹਿੰਦਾ 8 ਬੱਚੇ ਨਾ ਇਕੱਲੀ ਇਹ ਪਾਲ ਸਕਦੀ ਸੀ, ਨਾ ਇਕੱਲਾ ਮੈਂ ਪਾਲ ਸਕਦਾ ਸੀ, ਇਹ ਕਾਰਨ ਸੀ ਕਿ ਸਾਡੇ ਵਿੱਚ ਝਗੜਾ ਹੁੰਦਾ ਵੀ ਰਿਹਾ, ਪਰੰਤੂ ਅਸੀਂ ਕਦੀ ਵੀ ਉਸ ਝਗੜੇ ਦੇ ਵਿੱਚ ਉੱਥੋਂ ਤੱਕ ਨਾ ਗਏ ਕਿ ਅਸੀਂ ਇੱਕ ਦੂਜੇ ਨਾਲ ਤੋੜ ਵਿਛੋੜਾ ਕਰ ਲਈਏ। ਸੋ ਦੂਜੇ ਦੀਆਂ ਜਿਹੜੇ ਪਿਆਰ ਕਰਨ ਦੀਆਂ ਜਾਂ ਮੁੱਢਲੇ ਦਿਨਾਂ ਦੀਆਂ, ਮੈਂ ਤਾਂ ਕਈਆਂ ਨੂੰ ਕਹਿੰਦਾ ਹੁੰਦਾ, ਜਦੋਂ ਵੀ ਤੁਸੀਂ ਤੁਹਾਡਾ ਆਪਸ ਵਿੱਚ ਝਗੜਾ ਹੋਵੇ ਨਾ, ਵਿਆਹ ਵਾਲੀ ਐਲਬਮ ਦੇਈ ਉਹਨੂੰ, ਆਪਣੇ ਹਸਬੈਂਡ ਨੂੰ। ਬਿਲਕੁਲ। ਵਿਆਹ ਵਾਲੀ ਐਲਬਮ ਦੇਈ ਕਿ ਤੂੰ ਕੋਠੇ 'ਤੇ ਚੜ੍ਹ ਕੇ ਆਇਆ ਸੀ, ਮੈਨੂੰ ਲੈਣ ਆਇਆ ਸੀ, ਅਤੇ ਹੁਣ ਤੂੰ ਮੇਰੇ ਨਾਲ ਲੜਦਾ। ਵਾਹ ਜੀ ਵਾਹ। ਸੋ
ਚੰਗੀਆਂ ਗੱਲਾਂ ਨੂੰ, ਚੰਗੇ ਮੌਕਿਆਂ ਨੂੰ, ਚੰਗੀਆਂ ਇਨਸੀਡੈਂਟਸ ਨੂੰ ਤੁਸੀਂ ਧਿਆਨ 'ਚ ਰੱਖੋਗੇ ਤਾਂ ਬਹੁਤ ਕੁਛ ਬਰਦਾਸ਼ਤ ਕਰਨ ਦੀ ਹਿੰਮਤ ਆ ਜਾਵੇਗੀ, ਬਹੁਤ ਕੁਛ ਮੁਆਫ਼ ਕਰਨ ਦੀ ਹਿੰਮਤ ਆ ਜਾਵੇਗੀ। ਮੁਆਫ਼ ਕਰਨਾ ਸਿੱਖੋ, ਮੁਆਫ਼ੀ ਮੰਗਣੀ ਸਿੱਖੋ। ਇਹ ਦੋ ਟੰਗ ਹਨ ਜਿਨ੍ਹਾਂ ਦੇ ਨਾਲ ਤੁਸੀਂ ਜਿਹੜੇ ਨਾ ਇਹ ਠੀਕ ਹੋ ਜਾਓਗੇ। ਇੱਕ ਬੰਦਾ ਸੀਗਾ, ਬਿਮਾਰ ਸੀ, ਡਾਕਟਰ ਨੇ ਉਸ ਨੂੰ ਕਿਹਾ ਬਈ ਕਿਸੇ ਨਾਲ ਝਗੜਾ ਵੀ ਹੈ ਤੁਹਾਡਾ? ਕਹਿੰਦਾ ਹਾਂ, ਮੈਂ ਆਪਣੇ ਪੁੱਤਰ ਨੂੰ ਘਰੋਂ ਕੱਢਿਆ ਹੋਇਆ। ਅੱਛਾ ਜੀ। ਮੇਰੇ ਗੁਆਂਢੀ ਦੇ ਨਾਲ ਕੰਧ ਦਾ ਝਗੜਾ। ਠੀਕ ਹੈ ਜੀ। ਮੇਰਾ ਇੱਕ ਪਾਰਟਨਰ ਸੀ, ਉਸ ਦੇ ਨਾਲ ਪ੍ਰੋਪਰਟੀ ਦਾ ਝਗੜਾ, ਉਹ ਨਾਲ ਪੈਸਿਆਂ ਦਾ ਝਗੜਾ। ਜੀ ਜੀ। ਕਹਿੰਦਾ ਜੇ ਤੁਹਾਡੀ ਬਿਮਾਰੀ ਦਾ ਇੱਕੋ ਹੀ ਇਲਾਜ ਹੈ, ਤੁਸੀਂ ਇਹ ਜਿਹੜੇ ਝਗੜੇ ਹੈ ਨਾ, ਇਹਨਾਂ ਨੂੰ ਹੱਲ ਕਰ ਲਓ। ਇਹਨਾਂ ਨੂੰ ਹੱਲ ਕਰ ਲਓਗੇ ਤੇ ਘਰ ਦੇ ਵਿੱਚ ਜਿੰਨੀਆਂ ਖਰਾਬ ਚੀਜ਼ਾਂ ਨਾ ਉਹਨਾਂ ਨੂੰ ਮੁਰੰਮਤ ਕਰਵਾ ਲਓ, ਉਹਨਾਂ ਨੂੰ ਠੀਕ ਕਰਵਾ ਲਓ, ਤੇ ਤੁਹਾਡਾ ਸਾਰਾ ਕੁਝ ਠੀਕ ਹੋ ਜਾਊਗਾ। ਉਹੀ ਬੰਦਾ ਡਾਕਟਰ ਕੋਲ ਜਾਂਦਾ ਦੁਬਾਰਾ। ਉਹ ਕਹਿੰਦਾ ਮੈਂ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਕਿਉਂ ਵੱਖਰਾ ਰਹਿਣਾ, ਐਵੇਂ ਕਿਰਾਇਆ ਦਿੰਦਾ ਉੱਥੇ, ਤੂੰ ਮੇਰੇ ਘਰ ਆ। ਇੱਥੇ ਮੇਰਾ ਪੁੱਤਰ ਜਿਹੜਾ ਹੈ ਮੇਰੇ ਨਾਲ ਰਹਿਣ ਲੱਗ ਪਿਆ। ਪਾਰਟਨਰ ਦੇ ਨਾਲ ਝਗੜਾ ਨਿਬੇੜ ਦਿੱਤਾ, ਗੁਆਂਢੀ ਦੇ ਨਾਲ ਗੰਧ ਦਾ ਝਗੜਾ ਜਿਹੜਾ ਸੈਟਲ ਕਰ ਲਿਆ ਹੈਗਾ। ਕਹਿੰਦਾ ਹੁਣ ਮੈਨੂੰ ਨੀਂਦ ਬੜੀ ਵਧੀਆ ਆਉਂਦੀ ਹੈ। ਕਹਿੰਦਾ ਨੀਂਦ ਤਾਂ ਵਧੀਆ ਆਏਗੀ, ਕਿਉਂਕਿ ਜਿਹੜੇ ਨੀਂਦ ਵਿੱਚ ਵਿਘਨ ਪਾਉਣ ਵਾਲੇ ਕਾਰਨ ਸੀਗੇ ਉਹ ਤੂੰ ਹਟਾ ਦਿੱਤੇ ਹੈ। ਸੋ ਝਗੜੇ ਨਿਪਟਾਓ। ਝਗੜਿਆਂ ਦਾ ਮਤਲਬ ਇਹ ਨਹੀਂ ਹੈ ਕਿ ਜਿਹਨਾਂ ਨਾਲ ਤੁਹਾਡਾ ਵਿਰੋਧ ਆ ਉਹ ਕਹਿਣ ਤੋਂ ਪਾਵੇ। ਝਗੜੇ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਕਿ ਝਗੜੇ ਨੂੰ ਪੈਦਾ ਹੀ ਨਾ ਹੋਣ ਦਿਓ। ਸੋ ਗੁਆਂਢੀ ਜਿਹੜਾ ਹੈਗਾ, ਇੱਕ ਗੁਆਂਢੀ ਆਪਣੇ ਗੁਆਂਢੀ ਦੇ ਬੜੇ ਨੁਕਸ ਕੱਢ ਰਿਹਾ ਸੀ। ਮੈਂ ਕਿਹਾ ਦੋ ਹਾਲਤਾਂ ਹੈਗੀਆਂ, ਤੂੰ ਦੱਸ ਕਿਹੜੀ ਠੀਕ ਹੈ। ਇੱਕ ਤਾਂ ਇਹ ਹੈ ਕਿ ਤੂੰ ਇਸ ਗੁਆਂਢੀ ਨਾਲ ਹੀ ਰਹੇ, ਦੂਜਾ ਇਹ ਹੈਗਾ ਕਿ ਤੇਰਾ ਕੋਈ ਗੁਆਂਢੀ ਹੋਵੇ ਹੀ ਨਾ, ਤੂੰ ਇਕੱਲਾ ਹੀ ਹੋਵੇਂ। ਕਹਿੰਦੇ ਜੀ ਗੁਆਂਢੀ ਤਾਂ ਹੋਣਾ ਚਾਹੀਦਾ, ਗੁਆਂਢੀ ਤਾਂ ਹੋਣਾ ਚਾਹੀਦਾ। ਮੈਂ ਕਿਹਾ ਜੇ ਹੋਣਾ ਚਾਹੀਦਾ ਤਾਂ ਇਹ ਤੇਰਾ ਗੁਆਂਢੀ ਹੈ, ਇਹ ਤੇਰਾ ਗੁਆਂਢੀ ਹੈਗਾ। ਸੋ ਹਰ ਬੰਦੇ ਦੀ ਕੀਮਤ ਹੈ, ਹਰ ਬੰਦੇ ਦੀ ਵੈਲਿਊ ਹੈ, ਹਰ ਬੰਦਾ ਜਿਹੜਾ ਨਾ ਕੀਮਤੀ ਹੈ। ਉਸਦੀ ਕੀਮਤ ਨੂੰ ਜਾਣੋ, ਉਸਦੇ ਮੁੱਲ ਨੂੰ ਜਾਣੋ, ਉਸਦੀ ਇੰਪੋਰਟੈਂਸ ਨੂੰ ਜਾਣੋ, ਜ਼ਿੰਦਗੀ ਬੜੀ ਸੌਖੀ ਹੋ ਜਾਏਗੀ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਹਰ ਚੀਜ਼ ਦਾ ਹੱਲ ਹੈ ਜੇਕਰ ਤੁਹਾਡੀ ਬਿਰਤੀ ਪੋਜ਼ਿਟਿਵ ਹੈਗੀ ਹੈ। ਮੈਂ ਤਾਂ ਸਵੇਰੇ ਸੈਰ ਕਰਨ ਜਾਂਦਾ ਹੈਗਾ, ਜਿਹੜਾ ਬੰਦਾ ਮੈਨੂੰ 5-7 ਦਿਨ ਰੋਜ਼ ਮਿਲਦਾ ਹੁੰਦਾ, ਮੈਂ ਆਪ ਹੀ ਬੁਲਾ ਲੈਂਦਾ ਉਹਨੂੰ, ਉਹ ਮੇਰਾ ਦੋਸਤ ਬਣ ਜਾਂਦਾ। ਬਿਲਕੁਲ। ਜੇਕਰ ਤੁਸੀਂ ਸਵੇਰੇ ਜਾਵੋ ਤਾਂ 100 ਬੰਦੇ ਨਾਲ ਤੁਸੀਂ ਹੈਲੋ ਹੈਲੋ ਕਰੋ, ਤੁਹਾਡੀ ਤਾਂ ਸਿਹਤ ਉਂਝ ਠੀਕ ਹੋ ਜਾਏਗੀ। ਬਿਲਕੁਲ ਜੀ, ਬਿਲਕੁਲ। ਤੁਸੀਂ ਤਾਂ ਬਿਮਾਰ ਪਾਓਗੇ ਹੀ ਨਹੀਂ। ਸੋ ਜ਼ਿੰਦਗੀ ਨੂੰ ਪੋਜ਼ੀਟਿਵ ਢੰਗ ਨਾਲ ਜੀਵੋ, ਇਸੇ ਨੂੰ ਪੋਜ਼ੀਟਿਵਿਟੀ ਕਹਿੰਦੇ ਹੈਗੇ ਨਾ। ਇਸੇ ਦੀ ਗੱਲ ਡਾਕਟਰ ਕਰਦੇ ਹਨ ਕਿ ਝਗੜੇ ਨਾ ਕਰੋ, ਪੋਜ਼ੀਟਿਵ ਰਹੋ, ਮਤਲਬ ਦੋਸਤੀਆਂ ਪਾਓ। ਜਿਹੜੇ ਲੋਕਾਂ ਦੇ ਜਾਣ ਪਛਾਣ ਜ਼ਿਆਦਾ ਹੁੰਦੀ ਹੈ ਨਾ, ਉਹ ਬਿਮਾਰ ਨਹੀਂ ਪੈਂਦੇ। ਠੀਕ ਹੈ ਜੀ। ਉਹ ਬਿਮਾਰ ਨਹੀਂ ਪੈਂਦੇ। ਤੁਸੀਂ ਵੇਖੋਗੇ ਜਿਹੜੇ ਇੰਪੋਰਟੈਂਟ ਬੰਦੇ ਹੁੰਦੇ ਆ ਨਾ, ਉਹ ਕਿਸੇ ਸਮਾਗਮ ਦੇ ਵਿੱਚ, ਵਿਆਹ ਦੇ ਸਮਾਗਮ 'ਚ ਉਹ ਬੈਠਦੇ ਨਹੀਂ, ਉਹ ਵੱਧ ਤੋਂ ਵੱਧ ਲੋਕਾਂ ਨੂੰ ਮਿਲਦੇ ਹੈ। ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਲੋਕ ਮਿਲਦੇ ਹੈ ਨਾ, ਉਹ ਬਿਮਾਰ ਨਹੀਂ ਪੈਂਦੇ ਹੈਗੇ। ਬਿਮਾਰ ਉਹ ਹੁੰਦੇ ਆ ਜਿਹਨਾਂ ਕੋਲ ਬਿਮਾਰ ਹੋਣ ਦਾ ਟਾਈਮ ਹੁੰਦਾ। ਜੇਕਰ ਤੁਹਾਡੇ ਕੋਲ ਬਿਮਾਰ ਹੋਣ ਦਾ ਟਾਈਮ ਹੀ ਨਹੀਂ ਹੈ ਤਾਂ ਤੁਸੀਂ ਬਿਮਾਰ ਨਹੀਂ ਪਾਓਗੇ। ਜਿੰਨੇ ਆਹ ਪ੍ਰਧਾਨ ਮੰਤਰੀ ਹਨ, ਰਾਸ਼ਟਰਪਤੀ ਹੈ, ਮੁੱਖ ਮੰਤਰੀ ਹੈ, ਇਹ ਇੰਨੇ ਬਿਜ਼ੀ ਹੁੰਦੇ ਹਨ ਕਿ ਇਹਨਾਂ ਕੋਲ ਬਿਮਾਰ ਹੋਣ ਦਾ ਟਾਈਮ ਹੀ ਨਹੀਂ ਹੁੰਦਾ, ਇਹ ਬਿਮਾਰ ਪੈਂਦੇ ਵੀ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਸੋ ਪੋਜ਼ੀਟਿਵ ਰਹੋ। ਪੋਜ਼ੀਟਿਵ ਰਹਿਣ ਦੇ ਨਾਲ ਤੁਹਾਡੇ ਸਾਰੇ ਰਿਸ਼ਤੇ ਜਿਹੜੇ ਹਨ ਨਾ, ਉਹ ਪਿਆਰ ਦੇ ਰਿਸ਼ਤੇ ਬਣ ਜਾਣਗੇ। ਅਤੇ ਪੈਸਿਆਂ ਦਾ ਝਗੜਾ ਜਿਹੜਾ ਨਾ, ਉਹ ਰਿਸ਼ਤੇਦਾਰਾਂ ਦੇ ਨਾਲ, ਭੈਣਾਂ ਭਰਾਵਾਂ ਨਾਲ ਨਹੀਂ ਕਰਨਾ ਚਾਹੀਦਾ। ਇਹ ਇਹਨਾਂ ਵਿੱਚ ਪੈਸਾ ਆਉਣਾ ਹੀ ਨਹੀਂ ਚਾਹੀਦਾ। ਮੈਂ ਤਾਂ ਅਮੀਰ ਉਸ ਬੰਦੇ ਨੂੰ ਸਮਝਦਾ ਜਿਹੜਾ ਪੈਸੇ ਦੀ ਗੱਲ ਹੀ ਨਹੀਂ ਕਰਦਾ। ਬਿਲਕੁਲ ਸਹੀ ਗੱਲ ਹੈ। ਪੈਸੇ ਦੀ ਗੱਲ ਨਾ ਕਰਨਾ ਜਿਹੜਾ ਨਾ, ਇਹ ਅਮੀਰੀ ਦੀ ਨਿਸ਼ਾਨੀ ਹੈਗੀ। ਅਤੇ ਤੁਸੀਂ ਸਮਾਂ ਦਿੱਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਦੋਸਤੋ, ਇਹ ਜ਼ਿੰਦਗੀ ਦੀਆਂ ਉਹ ਗੱਲਾਂ ਨੇ ਜੋ ਸਾਡੀ ਜ਼ਿੰਦਗੀ ਨੂੰ ਇੱਕ ਕਾਮਯਾਬੀ ਦੀ ਲੜੀ 'ਤੇ ਸਦਾ ਵਾਸਤੇ ਟਿਕਿਆ ਕੇ ਰੱਖਦੀਆਂ ਨੇ। ਅਤੇ ਸਾਡੇ ਬੱਚਿਆਂ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਕਈ ਵਾਰ ਅਸੀਂ ਕਹਿ ਦਿੰਦੇ ਕਿ ਉਹਨਾਂ ਨੇ ਸਾਨੂੰ ਫੋਨ ਨਹੀਂ ਕੀਤਾ ਅਤੇ ਅਸੀਂ ਵੀ ਨਹੀਂ ਕਰਾਂਗੇ। ਜੇਕਰ ਅਸੀਂ ਪਹਿਲ ਕਰਾਂਗੇ, ਅਸੀਂ ਕਿਸ ਤੋਂ ਸੌਰੀ ਮੰਗ ਲਾਂਗੇ, ਤਾਂ ਸੌਰੀ ਨਾਲ ਵੱਡੇ ਵੱਡੇ ਮਸਲੇ, ਵੱਡੇ ਵੱਡੇ ਝਗੜੇ, ਵੱਡੀਆਂ ਵੱਡੀਆਂ ਦੁਸ਼ਮਣੀਆਂ ਵੀ ਸੋਲਵ ਹੋ ਜਾਂਦੀਆਂ ਨੇ। ਸੋ ਸਾਨੂੰ ਇਹ ਗੱਲਾਂ 'ਤੇ ਅਮਲ ਕਰਨ ਦੀ ਲੋੜ ਆ, ਇਹ ਗੱਲਾਂ ਨੂੰ ਲਾਗੂ ਕਰਨ ਦੀ ਲੋੜ ਆ ਆਪਣੇ ਬੱਚਿਆਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ, ਅਤੇ ਇਹਨਾਂ ਨੂੰ ਅਸੀਂ ਲਾਗੂ ਕਰੀਏ ਅਤੇ ਆਪਣੀ ਜ਼ਿੰਦਗੀ ਦੀ ਜੋ ਲੜੀ ਆ, ਜੋ ਪਿਆਰ ਦੀ ਨਿੱਘਾ ਰਿਸ਼ਤਿਆਂ ਦੀ, ਉਹ ਅਸੀਂ ਹੋਰ ਮਜ਼ਬੂਤ ਕਰੀਏ। ਤੁਸੀਂ ਸਰ ਸਮਾਂ ਦਿੱਤਾ ਸੀ, ਤੁਹਾਡਾ ਧੰਨਵਾਦ ਕਰਦੇ ਹਾਂ। ਥੈਂਕਸ ਕਰਦੇ ਹਾਂ। ਧੰਨਵਾਦ। ਥੈਂਕ ਯੂ ਸੋ ਮਚ।